ਡੋਗੀ ਅਲਾਊਡ ਨਹੀਂ ਹੈਗਾ ਇੱਥੇ, ਹੈ ਨਾ ਖਤਰਨਾਕ ਗੱਲ। ਹੁਣ ਇੰਨਾ ਟਾਈਮ ਆਪਾਂ ਇੱਥੇ ਸਫ਼ਰ ਕਰ ਲਿਆ ਹੈ ਪੰਜਾਬ ਦਾ, ਇਹ ਪਹਿਲੀ ਵਾਰ ਹੋਇਆ ਵੀ ਆਪਾਂ ਸਾਈਕਲ ਸਟੈਂਡ 'ਤੇ ਇੱਦਾਂ ਗੁਰਦੁਆਰੇ ਦੇ ਵਿੱਚ ਸਾਈਕਲ ਲਾਇਆ ਹੋਵੇ, ਹੈ ਨਾ। ਮੁਕਤਸਰ ਸਾਹਿਬ ਜਾ ਆਏ ਹਾਂ, ਤਖ਼ਤ ਸ੍ਰੀ ਦਮਦਮਾ ਸਾਹਿਬ ਜਾ ਆਏ ਹਾਂ, ਉੱਥੇ ਕੋਈ ਦਿੱਕਤ ਨਹੀਂ ਹੈ। ਉੱਥੇ ਤਾਂ ਲਾਸਟ ਵਾਲੇ 'ਚ ਗਏ ਹਾਂ ਜਿਹੜਾ, ਉਹ ਵੀ ਤਾਂ SGPC ਦੇ ਅੰਡਰ ਸੀਗਾ। ਹਾਂ, ਕਿਉਂਕਿ ਇਹਦਾ ਆਪਾਂ ਅੱਡ ਸਲੀਪਿੰਗ ਬੈਗ ਰੱਖਿਆ ਹੋਇਆ, ਸਾਰਾ ਕੁਛ ਅੱਡ ਹੈ ਇਹਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਨਵੇਂ ਵਲੌਗ ਦੇ ਵਿੱਚ। ਦਿਨ ਤਾਂ ਉਹੀ ਹੈ, ਨਵਾਂ ਦਿਨ ਨਹੀਂ ਹੈਗਾ ਅੱਜ। ਜਿਵੇਂ ਕਿ ਤੁਹਾਨੂੰ ਪਤਾ ਸੀ, ਆਪਾਂ ਗੁਰਦੁਆਰਾ ਸਾਹਿਬ ਉੱਥੇ ਰੁਕੇ ਸੀਗੇ, ਪਰ ਉੱਥੇ ਜਦੋਂ ਰਹਿਣ ਗਏ ਤਾਂ ਉਹ ਜਗ੍ਹਾ ਥੋੜ੍ਹੀ ਜਿਹੀ ਠੀਕ ਨਹੀਂ ਲੱਗੀ। ਮਤਲਬ ਹਾਲ ਦੇ ਵਿੱਚ ਹੀ ਪਾ ਰਹੇ ਸੀਗੇ, ਉੱਥੇ ਆਲੂ ਵੀ ਪਏ ਸੀਗੇ, ਸਾਰਾ ਕੁਛ ਪਿਆ ਸੀਗਾ, ਪਰ ਆ ਚੀਜ਼ ਹੈ ਨਹੀਂ ਸੀਗੀ ਗੱਲਬਾਤ ਜੀ ਨਾ ਸਹੀ। ਪਰ ਉਹਨਾਂ ਨੇ ਸਾਡੇ ਲਈ ਇੰਨਾ ਕਰਤਾ ਸੀਗਾ ਵੀ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਸੌ ਸਕਦੇ ਹੋ, ਉਹਨਾਂ ਨੇ ਆਲਰੇਡੀ ਬਣਾਇਆ ਹੋਇਆ ਸੀਗਾ ਉੱਥੇ, ਪਰ ਸਾਡੇ ਨਾਲ ਕੋਕੋ ਸੀਗੀ ਉਹਦੇ ਕਰਕੇ ਆਪਾਂ ਫਿਰ ਦਰਬਾਰ ਸਾਹਿਬ ਦੇ ਅੰਦਰ ਤਾਂ ਸੌ ਨਹੀਂ ਸਕਦੇ ਸੀਗੇ। ਕਿਉਂਕਿ ਸਾਰੇ ਕਮਰੇ ਸੀਗੇ ਉਹ ਸੇਵਾਦਾਰਾਂ ਵਾਸਤੇ ਸੀਗੇ, ਜਿਹੜੇ ਉੱਥੇ ਗ੍ਰੰਥੀ ਸੀਗੇ, ਉਹ ਕਹਿੰਦੇ ਵੀ ਤੁਹਾਡੇ ਲਈ ਇੰਨਾ ਕਰ ਸਕਦੇ ਹਾਂ ਵੀ ਇੱਕ ਤਾਂ ਉਹ ਜਗ੍ਹਾ ਆ ਉਹ ਮੈਂ ਦਿਖਾ ਨਹੀਂ ਸਕਿਆ, ਅਤੇ ਇੱਕ ਜਗ੍ਹਾ ਆ ਇੱਧਰਲੀ ਦਰਬਾਰ ਸਾਹਿਬ ਦੇ ਨਾਲ, ਪਰ ਉੱਥੇ ਫਿਰ ਕੋਕੋ ਆ ਜਿਹੜੀ ਉਹ ਅਲਾਊਡ ਨਹੀਂ ਸੀਗੀ, ਉੱਥੇ ਫਿਰ ਆਪਾਂ ਰਹਿ ਨਹੀਂ ਸਕੇ। ਫਿਰ ਆਪਾਂ ਉੱਧਰੋਂ ਚੱਲ ਪਏ, ਕਿਉਂਕਿ ਹਜੇ ਸਾਢੇ ਕੁ ਤਿੰਨ ਸਵਾ ਕੁ ਤਿੰਨ ਹੋਏ ਸੀਗੇ। ਸਵਾ ਕੁ ਦਿਨ ਹੋਏ ਸੀਗੇ ਅਤੇ ਉੱਥੋਂ ਦੀ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਜਿਹੜਾ ਹੈ 6 ਕੁ ਕਿਲੋਮੀਟਰ ਦੂਰ, ਇਸ ਕਰਕੇ ਆਪਾਂ ਇੱਧਰ ਨੂੰ ਆ ਗਏ। ਬਾਕੀ ਆ ਸੂਰਜ ਹਜੇ ਟਿੱਕੀ ਜਿਹੜੀ ਹੈ ਸੂਰਜ ਦੀ ਡੁੱਬਣ ਵਾਲੀ ਆ, ਨਜ਼ਾਰੇ ਖੇਤਾਂ ਦੇ, ਸ਼ਾਂਤ ਇਲਾਕੇ 'ਚ ਆਏ ਹਾਂ ਵੈਸੇ ਤਾਂ, ਬੜੇ ਨਜ਼ਾਰੇ ਵਾਲਾ ਇਲਾਕਾ। ਬਾਕੀ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਆਪਾਂ ਨੂੰ ਜਾਣ ਦਾ ਮੌਕਾ ਮਿਲਿਆ, ਕਦੇ ਗਈ ਪਹਿਲਾਂ? ਮੈਂ ਵੀ ਨਹੀਂ ਗਿਆ, ਆਪਾਂ ਸੋਚਿਆ ਸੀ ਕੱਲ੍ਹ ਜਾਵਾਂਗੇ, ਪਰ ਚਲੋ ਅੱਜ ਮੌਕਾ ਮਿਲ ਗਿਆ, ਅੱਜ ਉੱਥੇ ਰਵਾਂਗੇ ਅਤੇ ਹੋ ਸਕਦਾ 2 ਦਿਨ ਵੀ ਰਹਿ ਲਈਏ। ਹਾਂ, ਜੇ ਜਗ੍ਹਾ ਰਮਣੀਕ ਲੱਗੀ ਤਾਂ 2 ਦਿਨ ਵੀ ਰਹਿ ਸਕਦੇ ਹਾਂ, ਕਿਉਂਕਿ ਇੱਥੋਂ ਤਾਂ ਮੈਨੂੰ ਵਾਈਬ ਆ ਰਹੀ ਹੈ ਵੀ ਬਹੁਤ ਸੋਹਣਾ ਇਲਾਕਾ। ਜਿਵੇਂ ਉੱਥੇ ਸੀ ਨਾ ਜਗਰਾਉਂ ਵਾਲਾ ਟੈਪ, ਕਿੱਥੇ? ਕਿਉਂਕੇ ਪਿੰਡ ਕਾਉਂਕੇ ਕਾਉਂਕੇ ਜਗਰਾਉਂ ਕਾਉਂਕੇ, ਉੱਥੇ ਆਪਾਂ 2 ਰਾਤਾਂ ਰਹੇ ਸੀਗੇ, ਬਹੁਤ ਵਧੀਆ, ਕਿਉਂਕਿ ਬਹੁਤ ਵਧੀਆ ਏਰੀਆ ਸੀਗਾ। ਉਹ ਲੋਕ ਤੁਸੀਂ ਦੇਖਿਆ ਵੀ ਹੋਣਾ, ਜਿਹੜਾ ਪਿੰਡ ਆਪਾਂ ਘੁੰਮੇ ਵੀ ਸੀਗੇ, ਆਏ ਆ ਨਾ ਉਹ ਫਲਾਈਓਵਰ ਤੋਂ ਹੀ ਆਏ ਆ, ਔਰ ਪੀਂ ਪਾ ਸੁਣਦੇ ਆਏ ਆ, ਇੱਥੇ ਆ ਕੇ ਥੋੜਾ ਸ਼ਾਂਤੀ ਆਈ ਆ ਵੀ ਹਾਂ ਹੁਣ ਵਧੀਆ ਏਰੀਆ ਚੱਲ ਰਿਹਾ। ਜੇ ਵਧੀਆ ਲੱਗੀ ਥਾਂ ਫਿਰ ਤਾਂ 2 ਦਿਨ ਰਵਾਂਗੇ, ਕੀ ਕਾਲ ਆਪਾਂ ਨੂੰ ਕਿ ਨਹੀਂ ਚੱਲੀਏ ਫਿਰ। ਗਾ ਡੁੱਬਾ ਡੁੱਬਾ ਛੱਡ ਕੇ ਬੈਠੇ ਆ, ਪੈਸਾ ਧੇਲਾ ਹੈ ਨਹੀਂ ਗਾ, ਜਿੱਥੇ ਮਰਜ਼ੀ ਬਹਿ ਜਾਓ, ਕਿਹੜਾ ਕਿਤੇ ਜਾਣਾ ਆ ਵੀ ਹਾਂ ਵੀ ਜੇ ਪਹੁੰਚਣਾ ਉੱਤੇ। ਚਲੋ ਮਿੱਤਰੋ ਫਿਰ ਚੱਲੀਏ, ਅਤੇ ਆਪਾਂ ਨੂੰ ਦਿੱਕਤ ਇਹ ਆ ਰਹੀ ਹੈ ਕਿ ਇੱਥੇ ਅੱਜ 58ਵਾਂ ਦਿਨ ਹੋ ਗਿਆ ਆਪਾਂ ਨੂੰ, ਆਪਾਂ ਨੂੰ ਤਾਂ ਰੂਮ ਮਿਲ ਰਿਹਾ ਇੱਥੇ ਸਰਾਂ ਦੇ ਵਿੱਚ, ਪੈਸੇ ਵੀ ਨਹੀਂ ਲੈ ਰਹੇ ਕਿਉਂਕਿ ਸਰਾਂ ਦੇ ਲੱਗਦੇ ਨੇ ਥੋੜ੍ਹੇ ਜਿਹੇ ਪੈਸੇ, ਆਪਾਂ ਨੂੰ ਨਹੀਂ ਆਪਣੇ ਤੋਂ ਨਹੀਂ ਲੈ ਰਹੇ, ਪਰ ਡੋਗੀ ਅਲਾਊਡ ਨਹੀਂ ਹੈਗਾ ਇੱਥੇ, ਹੈ ਨਾ ਖਤਰਨਾਕ ਗੱਲ। ਹੁਣ ਇੰਨਾ ਟਾਈਮ ਆਪਾਂ ਇੱਥੇ ਸਫ਼ਰ ਕਰ ਲਿਆ ਹੈ ਪੰਜਾਬ ਦਾ, ਪਰ ਇੱਥੇ ਅਲਾਊਡ ਨਹੀਂ ਕਰ ਰਹੇ। ਮੈਂ ਮੈਨੇਜਰ ਸਾਹਿਬ ਨੂੰ ਵੀ ਮਿਲਿਆ ਹਾਂ, ਪਰ ਨਹੀਂ ਬਣਦੀ ਗੱਲ। ਜਾਂ ਮੈਨੂੰ ਬੋਰ ਕਿਤੇ ਚੱਲਦਾ ਮਿਲ ਜੇ ਤਾਂ ਨਹਾ ਲਈਏ, ਹੈ ਨਾ, ਮਿਲ ਸਕਦਾ? ਹੁਣ ਧੁੱਪ ਚੜ੍ਹੀ ਹੁੰਦੀ ਹੈ ਅਤੇ ਨਹਾਉਣ ਦਾ ਪਤਾ, ਉਹ ਗਰਮ ਗਰਮ ਪਾਣੀ ਆਉਂਦਾ ਧਰਤੀ ਦੇ ਵਿੱਚੋਂ, ਤੈਨੂੰ ਪਤਾ ਨਹੀਂ ਸੀ ਧਰਤੀ 'ਚ ਆਉਂਦਾ ਪਾਣੀ? ਚੰਗੀ ਤਰ੍ਹਾਂ ਤਾਂ ਵਧੀਆ ਨਹਾ ਕੇ ਉੱਥੇ ਕੇਸੀ ਇਸ਼ਨਾਨ ਕਰਕੇ ਧੁੱਪੇ ਬਹਿ ਜਾਵੇ, ਨਾਲ ਚੁੱਪਣ ਨੂੰ ਮਿਲ ਜਾਣ ਗੰਨੇ। ਉਹ ਗੰਨਾ ਮੈਂ ਖਿੱਚਣ ਲੱਗਾ ਸੀਗਾ ਉੱਥੇ, ਉਹ ਕਹਿੰਦੇ ਚੱਲ ਚੱਲੀਏ, ਲੋਕਾਂ ਨੂੰ ਬੋਰ ਨਾ ਕਰੀ ਜ਼ਿਆਦਾ।
ਕਈ ਮਾਇਨਾ ਇਹਦੇ ਵਿੱਚ ਜਿਹੜਾ ਕੋਈ ਆਪਣਾ ਨਗਰ ਹੁੰਦੇ ਨੇ ਨਾ, ਜਿਵੇਂ ਅਸੀਂ ਰਣਜੀਤ ਨਗਰ ਤੋਂ ਹਾਂ, ਪਿੰਡਾਂ ਨਾਲੋਂ ਮਤਲਬ ਪਿੰਡ ਵਾਲੇ ਜਿਹੜਾ ਮਾਹੌਲ ਆ ਬੜਾ ਵਧੀਆ ਆ, ਸਾਫ਼ ਸੁਥਰਾ ਆ, ਕਹਿਣ ਨੂੰ ਪਿੰਡ ਨੇ ਪਰ ਸ਼ਹਿਰਾਂ ਨੂੰ ਵੀ ਮਾਤ ਦਿੰਦੇ ਆ ਯਾਰ। ਬਾਬਾ ਬਕਾਲਾ ਗੁਰਦੁਆਰਾ ਸਾਹਿਬ ਬਿਆਸ ਅੰਮ੍ਰਿਤਸਰ ਰੋਡ ਤੋਂ ਅੰਦਰ ਨੂੰ ਜਾ ਕੇ ਆ 5-6 ਕਿਲੋਮੀਟਰ, ਤਾਂ ਹੀ ਕਰਕੇ ਸ਼ਾਂਤੀ ਵਿੱਚ ਆ ਇਹ ਜਿਹੜਾ ਗੁਰਦੁਆਰਾ ਸਾਹਿਬ ਸੀ ਕੱਲ੍ਹ ਵਾਲਾ, ਪਿਛਲੇ ਬਲੋਕ ਵਾਲਾ, ਉਹ ਰੋਡ 'ਤੇ ਹੀ ਸੀਗਾ, ਫਿਰ ਥੋੜ੍ਹਾ ਆਈ ਚਲਾਈ ਜ਼ਿਆਦਾ ਸੀਗੀ, ਪਰ ਹਾਲਾਂਕਿ ਮਾੜਾ ਨਹੀਂ ਸੀਗਾ ਉਹ ਵੀ, ਪਰ ਆਹ ਜਿਹੜੀ ਸ਼ਾਂਤੀ ਹੈ ਇਹਦੀ ਅਲੱਗ ਹੀ ਗੱਲਬਾਤ ਹੈ। ਹੈ ਠੀਕ ਤਾਂ ਕੀਤਾ, ਉਹ ਢਿੱਲੀ ਆ ਉਹਦੀ ਹੁਣ। ਅੰਦਰ ਜਾ ਕੇ ਆ ਨਾ ਗੁਰਦੁਆਰਾ ਸਾਹਿਬ ਤਾਂ ਸ਼ਾਂਤੀ ਬੜੀ ਵਧੀਆ ਨਾ, ਇੱਥੇ ਅਲੱਗ ਹੀ ਕਿਸਮ ਦਾ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 29 ਸਾਲ ਅਤੇ 5 ਮਹੀਨੇ ਮੈਡੀਟੇਸ਼ਨ ਕੀਤੀ। ਬਾਬਾ ਬਕਾਲੇ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਹੈ ਨਾ, ਅਤੇ 29 ਸਾਲ ਕਿੰਨਾ ਹੁੰਦਾ 29 ਸਾਲ। ਦੋ ਰਾਹ ਜਾਂਦੇ ਆ ਇਹ, ਇੱਕ ਸਿੱਧਾ ਅਤੇ ਆਪਾਂ ਜਿੱਧਰ ਜਾਣਾ ਹੈ ਬਾਬਾ ਬਕਾਲਾ ਸਾਹਿਬ, ਇੱਧਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਸਾਹਿਬ। ਵਾਹਿਗੁਰੂ ਵਾਹਿਗੁਰੂ ਕਰੋ ਬਸ। ਕਿੰਨਾ ਰਹਿ ਗੁਰਦੁਆਰਾ ਸਾਹਿਬ? 1 ਕਿਲੋਮੀਟਰ। ਉਹ ਡੋਕੀ 1 ਕਿਲੋਮੀਟਰ। ਅੱਛਾ, ਸਹੀ ਫੈਸਲਾ ਲਿਆ ਸੀ ਆਪਾਂ, ਸਹੀ ਟਾਈਮ ਤੇ ਪਹੁੰਚ ਗਏ ਹਾਂ, 4:30 ਹੋਏ। ਹਾਂ 4:30 ਹੋਇਆ, ਠੀਕ ਹੈ ਟਾਈਮ। ਹੁਣ ਧੁੰਦ ਪੈਣੀ ਸ਼ੁਰੂ ਹੋ ਗਈ, ਦੇਖ ਸਾਰੀ ਨਾ ਧੁੰਦ ਪੈਣੀ ਜਿਹੜੀ ਆ ਸ਼ੁਰੂ ਹੋ ਗਈ ਆ ਹੁਣ। ਇਸ ਤੋਂ ਪਹਿਲਾਂ ਪਹਿਲਾਂ ਆਪਾਂ ਟਿਕਾਣਾ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹ ਨੂੰ ਵੀ ਸਿੱਧਾ ਹੀ ਹੈ ਨਾ। ਦੁਕਾਨ ਦੇਖੀ ਕੋਈ ਕਰਿਆਨੇ ਦੀ, ਮਾੜੀ ਮੋੜੀ ਚੀਜ਼ੀਆਂ ਲੈ ਲਈਆਂ, ਚੀਜ਼ੀਆਂ ਜਾਂ ਫੜ ਲਿਆ ਜਿਹੜੇ ਚੀਜ਼ ਚਾਹੀਦੀ ਤੈਨੂੰ। ਮੇਰਾ ਵਾਲਾ ਤਾਂ ਮਿਲਣਾ ਨਹੀਂ, ਨਟ ਕਰਾ ਕਰ ਹੈਗਾ, 2 ਪੈਕਟ ਕਿੱਥੇ, 1 ਰਹਿ ਗਿਆ। ਸਮਾਨ ਆਪਾਂ ਲੈ ਲਿਆ, ਕੀ ਲਿਆ? ਇਹ ਕੋਈ ਮਹੀਨੇ ਦਾ ਰਾਸ਼ਨ ਕਾਹਤੋਂ ਲੈ ਲਿਆ? ਗੁਰਦੁਆਰਾ ਸਾਹਿਬ ਸਾਹਮਣੇ ਆ ਅਤੇ ਮਾਹੌਲ ਇੱਥੇ ਪਹਿਲਾਂ ਸ਼ਾਂਤੀ ਸੀਗੀ, ਹੁਣ ਮਾਹੌਲ ਥੋੜ੍ਹਾ ਜਿਹਾ ਚਹਿਲ ਕਦਮੀ ਬਹੁਤ ਜ਼ਿਆਦਾ ਆ ਹੁਣ। ਚਲੋ ਚੱਲਦੇ ਹਾਂ, ਸਾਈਕਲ ਬਹੁਤ ਚਲਾ ਲਿਆ, ਹੁਣ ਆਪਾਂ ਆਰਾਮ ਨਾਲ ਬਾਜ਼ਾਰ ਦਾ ਆਨੰਦ ਲੈਂਦੇ ਲੈਂਦੇ ਪੈਦਲ ਹੀ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੱਕ। ਗੁਰਦੁਆਰਾ ਸਾਹਿਬ ਤਾਂ ਕਿੰਨੀ ਦੂਰ ਹੈ? 2 ਕਿਲੋਮੀਟਰ ਰਹਿ ਗਏ ਨਾ। ਸਮਾਨ ਲੈ ਤਾਂ ਲਿਆ, ਹੋਰ ਕੀ, ਇੱਥੇ ਕਾਹਤੋਂ ਖੜੀ? ਅੱਛਾ 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 ਅੱਛਾ, ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਬਾਬਾ ਬਕਾਲਾ ਜੀ। ਬਾਬਾ ਮਾਤਾ ਜੀ ਦਰਵਾਜ਼ਾ ਕਿੱਥੇ ਆ ਗੁਰਦੁਆਰਾ ਸਾਹਿਬ ਦਾ? ਅੱਗੇ ਚੱਲ ਜੀਏ, ਹਾਂਜੀ ਸਾਹਮਣੇ ਆ ਗੁਰਦੁਆਰਾ ਸਾਹਿਬ, ਠੀਕ ਹੈ ਜੀ। ਇੱਕ ਤਾਂ ਇੱਧਰ ਆ ਗੇਟ, ਇਹਦਾ ਤਾਲਾ ਲੱਗਾ, ਦਰਵਾਜ਼ਾ ਇਹੀ ਹੈ ਜੀ। ਚਲੋ ਫਿਰ ਇਹ ਆ ਗਿਆ ਗੁਰਦੁਆਰਾ ਸਾਹਿਬ। ਯਾਰ ਮੈਂ ਤਾਂ ਸੋਚਿਆ ਸੀਗਾ ਸ਼ਾਂਤੀ 'ਚ ਗੁਰਦੁਆਰਾ ਸਾਹਿਬ ਹੋਊਗਾ, ਇੱਥੇ ਤਾਂ ਰੌਣਕ ਹੀ ਮਾਸ਼ਾਅੱਲਾ। ਹੈ ਗੱਠੜੀ ਘਰ ਇੱਧਰ ਹੈ, ਸਰਾਂ ਕਹਿੰਦੇ ਇੱਧਰ ਹੈ, ਇੱਧਰ ਜਾ ਕੇ ਪਤਾ ਕਰਦੇ ਹਾਂ। ਵਾਹਿਗੁਰੂ 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 ਕਰੋ ਬਸ, ਮਨ ਰਹੀ ਹੈ ਸਰਾਂ। ਮੈਂ ਦਫ਼ਤਰ ਕਿੱਥੇ ਪਤਾ ਕਰਨਾ ਆ, ਇਹ ਸਰਾਂ ਆ ਇੱਥੋਂ ਪਤਾ ਕਰਦੇ ਬਾਬਿਆਂ ਤੋਂ। ਠੀਕ ਹੈ, ਸਰਾਂ ਦਾ ਹੋ ਗਿਆ ਇੰਤਜ਼ਾਮ, ਵੈਸੇ ਮਿਲ ਹੀ ਜਾਣੀ ਸੀਗੀ, ਅਤੇ ਹੁਣ ਆਪਾਂ ਸਾਈਕਲ ਇੱਧਰ ਲੈ ਕੇ ਆਉਂਦੇ ਹਾਂ, ਦੂਰ ਹੀ ਹੈ।
ਇਹ ਏਰੀਆ ਵਧੀਆ ਯਾਰ, ਥੋੜ੍ਹਾ ਜਿਹਾ ਸਾਈਡ 'ਤੇ ਰਹਿ ਗਿਆ ਨਾ। ਬਾਹਰ ਜਾ ਕੇ ਬਾਜ਼ਾਰ ਹੈ, ਬਾਜ਼ਾਰ 'ਚ ਜਿਵੇਂ ਮਰਜ਼ੀ ਆਪਣਾ ਹੈਂਗ ਆਊਟ ਕਰੋ। ਇਹ ਬਾਬੇ ਨੇ ਸਾਨੂੰ ਰਾਹ ਦਿੱਤਾ ਸੀਗਾ। ਕੁੱਤਾ ਜੀ, ਕੁੱਤਾ ਇਹ, ਕੁੱਤਾ ਇਹ ਨਾਲ। ਅਸੀਂ ਪੰਜਾਬ ਤੱਕ ਸਫ਼ਰ ਕਰ ਰਹੇ ਸਾਈਕਲਾਂ 'ਤੇ, ਮੈਂ ਅਤੇ ਮੇਰੀ ਘਰ ਵਾਲੀ, ਤੀਜਾ ਬੰਦਾ ਆਏ ਆ। ਇੱਕ ਅੱਧਾ ਥੱਕ ਜਾਂਦਾ ਫਿਰ ਇਹ ਚਲਾਉਂਦਾ। ਆ ਮਿਲ ਜੂਗਾ ਜੀ, ਸਾਈਕਲ ਲਿਆ ਰਿਹਾ ਇੱਧਰ। ਚੱਲ ਮਿਲ ਗਈ, ਹਾਂ ਚੱਕ ਸਾਈਕਲ ਚੱਲੀਏ। ਇਹ ਜਿਹੜੇ ਰਾਹ ਆਪਣਾ ਸਾਈਕਲ ਲੰਘਣੇ ਨੀਗੇ ਇੱਥੋਂ, ਆਪਣਾ ਸਾਈਕਲ ਵਿੱਚੋਂ ਪਿੱਛੋਂ ਫਸ ਜਾਣੇ ਆ ਆਪਣੇ ਸਮਾਨ ਨਾਲ ਨਾ, ਜਿਹੜਾ ਉਹਨੂੰ ਘੁੰਮ ਕੇ ਜਾਣਾ ਪੈਣਾ ਉੱਧਰ ਸਰਾਂ, ਉਹ ਸਾਹਮਣੇ ਆ ਪਰਲੇ ਪਾਸੇ ਜਾਈਏ ਨਾ। ਠੀਕ ਹੈ ਵੀਰੇ, ਚਲੋ ਜੀ। ਆਹ ਨੋਰਮਲੀ ਹੁੰਦਾ ਪੰਜ ਰੰਗਾਂ ਅਚਾਰ, ਆਹ 10 ਰੰਗਾਂ ਅਚਾਰ ਹੈ ਲੈਣਾ, 10 ਰੰਗਾਂ ਅਚਾਰ। ਬੜੀ ਯਾਰ ਰੌਣਕ ਮੇਲੇ ਵਾਲੀ ਮਾਰਕੀਟ ਆ, ਹਰੇਕ ਚੀਜ਼ ਮਿਲ ਜਾਂਦੀ ਆ ਉਹ 'ਤੇ, ਟਿੱਕੀ ਟੁੱਕੀ ਸਭ ਕੁਝ ਮਿਲ ਜਾਂਦਾ ਇੱਥੇ। ਓਏ ਆਹ ਇੱਧਰੋਂ ਮੁੜਨਾ ਖੱਬੇ, ਆਹ ਰਿਹਾ ਸਾਹਮਣੇ, ਆਹ ਤਰੇ ਨੇ ਇੱਧਰ ਅੰਦਰ ਲੱਗਦਾ ਤੈਨੂੰ ਖਰਾਬ ਰੂਮ ਹੋਣਗੇ। ਉਹ ਦੇ ਕਿੰਨੀ ਸੋਹਣੀ ਆ ਭਾਈ ਮੱਖਣ ਸ਼ਾਹ ਲੁਬਾਣਾ ਨਿਵਾਸ, ਟੈਕਨੋਲੋਜੀ ਦੇ ਹੋਰ। ਅਤੇ ਆਪਾਂ ਨੂੰ ਦਿੱਕਤ ਇਹ ਆ ਰਹੀ ਹੈ ਕਿ ਇੱਥੇ ਅੱਜ 58 ਦਿਨ ਹੋ ਗਿਆ ਆਪਾਂ ਨੂੰ ਤਾਂ ਰੂਮ ਮਿਲ ਰਿਹਾ ਇੱਥੇ ਸਰਾਂ ਦੇ ਵਿੱਚ, ਪੈਸੇ ਵੀ ਨਹੀਂ ਲੈ ਰਹੇ ਕਿਉਂਕਿ ਸਰਾਂ ਦੇ ਲੱਗਦੇ ਨੇ ਥੋੜ੍ਹੇ ਜਿਹੇ ਪੈਸੇ, ਆਪਾਂ ਨੂੰ ਨਹੀਂ ਆਪਣੇ ਤੋਂ ਨਹੀਂ ਲੈ ਰਹੇ, ਪਰ ਡੋਗੀ ਅਲਾਊਡ ਨਹੀਂ ਹੈਗਾ ਇੱਥੇ, ਹੈ ਨਾ ਖਤਰਨਾਕ ਗੱਲ। ਹੁਣ ਇੰਨਾ ਟਾਈਮ ਆਪਾਂ ਇੱਥੇ ਸਫ਼ਰ ਕਰ ਲਿਆ ਆ ਪੰਜਾਬ ਦਾ, ਪਰ ਇੱਥੇ ਅਲਾਊਡ ਨਹੀਂ ਕਰ ਰਹੇ। ਮੈਂ ਮੈਨੇਜਰ ਸਾਹਿਬ ਨੂੰ ਵੀ ਮਿਲਿਆ ਆ ਪਰ ਨਹੀਂ ਬਣਦੀ ਗੱਲ। ਸੋ ਕਮਰਾ ਆਪਾਂ ਨੂੰ ਮਿਲ ਗਿਆ ਆ, ਪਰ ਕੋਕੋ ਦਾ ਥੋੜ੍ਹੀ ਦਿੱਕਤ ਆ ਰਹੀ ਸੀਗੀ, ਸੋ ਫਿਰ ਵੀ ਬੇਨਤੀ ਬੁਨਤੀ ਕਰਕੇ ਹੋ ਗਿਆ ਕੰਮ। ਸਾਈਕਲ ਆਪਣੇ ਲੱਗ ਗਿਆ ਇੱਥੇ ਸਾਈਕਲ ਸਟੈਂਡ 'ਤੇ। ਇਹ ਪਹਿਲੀ ਵਾਰ ਹੋਇਆ ਵੀ ਆਪਾਂ ਸਾਈਕਲ ਸਟੈਂਡ 'ਤੇ ਇੱਦਾਂ ਗੁਰਦੁਆਰੇ ਦੇ ਵਿੱਚ ਸਾਈਕਲ ਲਾਇਆ ਹੋਵੇ, ਹੈ ਨਾ ਪਹਿਲੀ ਵਾਰ ਹੋਇਆ ਇੱਦਾਂ, ਕਦੇ ਇੱਦਾਂ ਹੋਇਆ ਨੀਗਾ। ਕਿਉਂਕਿ ਕਮਰੇ ਹੈਗੇ ਨੇ ਫਸਟ ਫਲੋਰ 'ਤੇ, ਹੈ ਬੜੇ ਸੋਹਣੇ ਪਰ ਹੈਗੇ ਫਸਟ ਫਲੋਰ 'ਤੇ, ਉੱਥੇ ਆਪਾਂ ਸਾਈਕਲ ਲਿਜਾ ਨਹੀਂ ਸਕਦੇ ਅਤੇ ਆਹ ਸਮਾਨ ਵੀ ਇੱਥੇ ਇੰਨਾ ਸਮਾਨ ਚੱਕ ਨਹੀਂ ਸਕਦੇ। ਸੋ ਆਪਾਂ ਜ਼ਰੂਰੀ ਸਮਾਨ ਆਪਣਾ ਜਿਹੜਾ ਲੈ ਗਏ ਹਾਂ ਅਤੇ ਬਾਕੀ ਇੱਥੇ ਛੱਡ ਗਏ ਹਾਂ। ਇੱਥੇ ਥੋੜ੍ਹੀ ਦਿੱਕਤ ਆਉਂਦੀ ਹੈ ਨਾ ਡੋਗੀ ਦੀ, ਅਜੇ ਤੱਕ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਅਜੇ ਤੱਕ ਦਿੱਕਤ ਆਈ ਨਹੀਂ ਸਾਨੂੰ, 58 ਦਿਨ ਹੋ ਗਿਆ। ਕਹਿੰਦੇ ਇੱਦਾਂ ਹੈਗਾ ਦਿੱਕਤ ਹੋਈ, ਮੈਨੇਜਮੈਂਟ ਦਾ ਕੰਮ ਹੈ, ਕੀ ਕਰ ਸਕਦੇ ਹਾਂ। ਮੁਕਤਸਰ ਸਾਹਿਬ ਜਾ ਆਏ ਆ, ਤਖ਼ਤ ਸ੍ਰੀ ਦਮਦਮਾ ਸਾਹਿਬ ਜਾ ਆਏ ਆ, ਉੱਥੇ ਕੋਈ ਦਿੱਕਤ ਨਹੀਂ। ਉੱਥੇ ਤਾਂ ਲਾਸਟ ਵਾਲੇ 'ਚ ਗਏ ਆ ਜਿਹੜਾ, ਉਹ ਵੀ ਤਾਂ SGPC ਦੇ ਅੰਡਰ ਸੀਗਾ। ਹਾਂ ਉੱਥੇ ਤਾਂ ਮੈਨੇਜਰ ਸਾਹਿਬ ਨਾਲ ਕੋਕੋ ਖੇਡ ਰਹੀ ਸੀਗੀ। ਚਲੋ ਕੋਈ ਨਹੀਂ, ਕਿਉਂਕਿ ਇਹਦਾ ਆਪਾਂ ਅੱਡ ਸਲੀਪਿੰਗ ਬੈਗ ਰੱਖਿਆ ਹੋਇਆ, ਸਾਰਾ ਕੁਛ ਅੱਡ ਆ ਇਹਦਾ, ਇਹ ਤਾਂ ਹੈ ਨਹੀਂਗਾ ਵੀ ਆਪਾਂ ਇਹਨੂੰ ਐਂ ਖਰਾਬ ਕਰਾਂਗੇ, ਪਰ ਚਲੋ ਆਪਣੀ ਆਪਣੀ ਉਹ ਆ ਮੈਨੇਜਮੈਂਟ ਆ ਨਾ, ਫਿਰ ਬੰਦਾ ਫਾਊਂਡੇਸ਼ਨ ਹੁੰਦੀ ਹੈ। ਚਲੋ ਕੋਈ ਨਹੀਂ, ਗੁਰਦੁਆਰਾ ਸਾਹਿਬ ਦੀ ਸ਼ਾਨ ਬੜਾ ਸੋਹਣਾ, ਮੱਥਾ ਟੇਕ ਕੇ ਆਪਾਂ ਬਾਜ਼ਾਰ ਘੁੰਮ ਰਿਹਾ ਹੁਣ। ਕੀ ਖਾਣਾ? ਲੱਡੂ ਖਾਣੇ ਬੇਸਨ ਦੇ ਤਾਜ਼ੇ ਨੇ। ਲੱਡੂ ਨਾ, ਲੱਡੂ ਨਾ।
ਵਧੀਆ। ਸੋ ਇੱਥੇ ਆਪਣਾ ਕਮਰਾ ਆ, ਸਰਾਬ ਬੜੀ ਸੋਹਣੀ ਬਣੀ ਹੋਈ ਆ ਗੁਰਦੁਆਰਾ ਬਾਬਾ ਬਕਾਲਾ, ਅਤੇ ਮਿਲ ਤਾਂ ਗਿਆ ਰੂਮ ਬੜੇ ਥੋੜ੍ਹੇ ਖੱਜਲ ਹੋਣ ਤੋਂ ਬਾਅਦ ਮਿਲਿਆ, ਪਰ ਮਿਲ ਗਿਆ ਹੈ ਨਾ। ਅਤੇ ਬੜੇ ਸੋਹਣੇ ਸਰਾ ਇੱਥੇ, ਸੋਹਣੇ ਕਮਰੇ ਆ। ਸਤਿ ਸ਼੍ਰੀ ਅਕਾਲ ਜੀ, ਕਮਰਾ ਨੰਬਰ ਆਪਣਾ 31। ਸੋ ਆਹ ਬੜਾ ਸੋਹਣਾ ਕਮਰਾ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਅੱਜ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ। ਕੁਝ ਵੀ ਚੰਗਾ ਲੱਗਿਆ ਹੋਵੇ ਕੁਝ ਵੀ ਤਾਂ ਲਾਈਕ ਕਰਿਓ ਵੀਰੇ, ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ ਕੀ ਵੀਡੀਓ ਚੰਗਾ ਲੱਗਿਆ ਕੀ ਨਹੀਂ ਚੰਗਾ ਲੱਗਿਆ, ਆਪਾਂ ਇੰਪਰੂਵਮੈਂਟ ਕਰਦੇ ਰਹਾਂਗੇ। ਠੀਕ ਹੈ, ਕਰਦੇ ਰਹਾਂਗੇ ਇੰਪਰੂਵ। ਮੈਂ ਤਾਂ ਕੀ ਕਹੀ ਨਾ ਤੂੰ ਮੈਨੂੰ ਕੀ। ਠੀਕ ਹੈ, ਮਿਲਦੇ ਆਪਾਂ ਅਗਲੇ ਵਲੋਗ ਦੇ ਵਿੱਚ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।